ਮੁੱਖ ਮੰਤਰੀ ਜੀ ਨੇ ਬੀਸੀ ਦੇ ਰਾਹੀਂ ਫੀਡਬੈਕ ਲਈ ਆ। ਸੋ ਕਿਉਂਕਿ ਅੱਜ ਪਹਿਲਾ ਦਿਨ ਸੀਗਾ, ਸੋ ਅੱਜ ਪੰਜਾਬ ਦੇ ਅੰਦਰ ਚਾਰ ਥਾਵਾਂ 'ਤੇ ਜਿਹੜੀ ਉਹ ਪੈਡੀ ਦੀ ਪ੍ਰਿਕੋਰਮੈਂਟ ਹੋਈ ਆ, ਚੱਬੇਹਾਲ 'ਚ ਹੋਈ ਆ, ਰਾਜਪੁਰੇ 'ਚ ਹੋਈ ਆ, ਸਨੌਰੀ 'ਚ ਹੋਈ ਆ, ਸਨੌਰ 'ਚ ਹੋਈ ਆ। ਸੋ ਲਗਾਤਾਰ ਇਹਦੇ ਉੱਤੇ ਅਧਿਕਾਰੀ ਸਵਾਨਾਂ ਨੂੰ ਮਾਣਯੋਗ ਮੁੱਖ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਆ ਵੀ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਆਫੀਸਲੀ ਜਿਹੜਾ ਕੰਮ ਹੈ ਉਹ ਵੀ ਚੱਲਦਾ ਰਹੇ, ਲੇਕਿਨ ਵਧੇਰੇ ਧਿਆਨ ਜਿਹੜਾ ਹੈ ਉਹ ਪ੍ਰੋਕਿਓਰਮੈਂਟ ਨੂੰ ਸਾਹਮਣੇ ਰੱਖ ਕੇ ਦਿੱਤਾ ਜਾਵੇ। ਸੋ ਮੈਨੂੰ ਲੱਗਦਾ ਕਿਉਂਕਿ ਅੱਜ ਸ਼ੁਰੂਆਤ ਹੋਈ ਹੈ, ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚੋਂ ਇੱਦਾਂ ਦੀ ਫੀਡਬੈਕ ਮਿਲੀ ਹੈ ਵੀ ਜਿੱਥੇ ਅੱਜ 5-6 ਦਿਨ ਤੋਂ ਬਾਅਦ ਜਿਹੜਾ ਆ ਉਹ ਪੈਡੀ ਨੇ ਆਉਣਾ। ਸੋ ਕੁਝ ਜਿਹੜੇ ਐਡਵਾਂਸ ਨੇ ਉਹਨਾਂ ਦੇ ਵਿੱਚ ਅੱਜ ਸ਼ੁਰੂਆਤ ਇਹਦੀ ਪ੍ਰੋਕਿਓਰਮੈਂਟ ਨੂੰ ਲੈ ਕੇ ਹੋ ਗਈ ਹੈ। ਸੋ 24 ਘੰਟਿਆਂ ਦੇ ਵਿੱਚ ਕਿਸਾਨ ਦੇ ਖਾਤੇ 'ਚ ਜਿਹੜੇ ਉਹ ਪੈਸੇ ਪਾਏ ਜਾਣਗੇ। ਸੋ ਇੱਕ ਤਾਂ ਇਹ ਹੈਗੀ ਆ ਜਿਹੜੀ ਉਹ ਅਮਲ ਲੈ ਕੇ, ਦੂਸਰਾ ਸਾਡੇ ਆੜ੍ਹਤੀ ਭਰਾ ਜਿਹੜੇ ਸਟ੍ਰਾਈਕ 'ਤੇ ਨੇ ਪਿਛਲੇ ਦਿਨਾਂ ਤੋਂ, ਉਹਨਾਂ ਦੇ ਨਾਲ 4-5 ਦਿਨ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ, ਅੱਜ ਵੀ ਉਹਨਾਂ ਦੇ ਨਾਲ ਲੰਬੀ ਡਿਸਕਸ਼ਨ ਹੋਈ ਹੈ। ਸੋ ਮਾਣਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਦੀਆਂ ਮੰਗਾਂ ਦੇ ਪ੍ਰਤੀ ਜੋ ਵਾਜ਼ਬ ਮੰਗਾਂ ਨੇ ਉਹਨਾਂ ਦੀਆਂ, ਉਹਦੇ ਉੱਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਵਾਲ, ਕਿਉਂਕਿ ਇਹ ਸਿੱਧਾ ਸਟੇਟ ਨਾਲ ਜੁੜਦੇ ਸਵਾਲ ਨਹੀਂ, ਜਿਹੜੇ ਮਿਲਰ ਦੇ ਸਵਾਲ ਨੇ ਚਾਹੇ ਆੜ੍ਹਤੀਆਂ ਦੇ ਸਵਾਲ ਨੇ, ਇਹ FCI ਨਾਲ ਕੇਂਦਰ ਨਾਲ ਜਿਹੜੇ ਜੁੜਦੇ ਸਵਾਲ ਆ। ਸੋ ਉਹਨਾਂ ਸਵਾਲਾਂ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ, ਤੁਹਾਡੇ ਨਾਲ ਖੜਾਂਗੇ, ਅਤੇ ਤੁਸੀਂ ਆਪਣੀ ਜਿਹੜੀ ਆ ਉਹ ਜਿਹੜੇ ਕੰਮ ਹੈ ਮੰਡੀਆਂ ਦੇ ਅੰਦਰ ਉਹ ਸੀਜ਼ਨ ਸ਼ੁਰੂ ਹੋ ਚੁੱਕਿਆ, ਤੁਸੀਂ ਆਪਣਾ ਕੰਮ ਸ਼ੁਰੂ ਕਰੋ। ਸੋ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ, ਉਹ ਕਹਿ ਕੇ ਗਏ ਆ ਵੀ ਸਾਨੂੰ ਇੱਕ ਦਿਨ ਤੁਸੀਂ ਦਿਓ, ਅਸੀਂ ਆਪਣੇ ਇਹ ਵਿਚਾਰ ਕਰਕੇ 1-2 ਦਿਨ ਦੇ ਅੰਦਰ ਤੁਹਾਨੂੰ ਕੋਈ ਸੁਨੇਹਾ ਲਾ ਕੇ, ਜਾਂ ਦੁਬਾਰਾ ਮੀਟਿੰਗ ਦੀ ਲੋੜ ਪਏਗੀ ਮੀਟਿੰਗ ਵੀ ਕੀਤੀ ਜਾ ਸਕਦੀ ਆ। ਸੋ ਮੂਲ ਰੂਪ ਦੇ ਵਿੱਚ ਸਰਕਾਰ ਵੱਲੋਂ ਪ੍ਰੋਕਿਓਰਮੈਂਟ ਨੂੰ ਲੈ ਕੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਹਰ ਕਿਸਮ ਦੀ ਜਿਹੜੀ ਮੰਡੀ ਦੀ ਲੋੜ ਹੈ, ਕਿਸਾਨ ਦੀ ਲੋੜ ਹੈ, ਮਜ਼ਦੂਰ ਦੀ ਲੋੜ, ਆੜ੍ਹਤੀ ਦੀ ਲੋੜ ਹੈ, ਮਿਲਰ ਦੀ ਹੈ, ਉਹਨੂੰ ਪੂਰਾ ਕਰਾਂਗੇ, ਜਿਹੜਾ ਸਟੇਟ ਦੇ ਲੈਵਲ ਦੀ ਗੱਲ ਹੈ। ਸੋ ਨਾਲ ਦੀ ਨਾਲ ਜਿਹੜਾ ਉਹ 1 ਰੁਪਈਆ ਜਿਹੜੇ ਮਜ਼ਦੂਰ ਨੇ ਲੋਡਿੰਗ ਦਾ ਕੰਮ ਕਰਦੇ ਆ, ਉਹ ਵੀ ਮੰਡੀ ਬੋਰਡ ਵੱਲੋਂ ਜਿਹੜੀ ਉਹ ਸਿਫਾਰਸ਼ ਮਤਲਬ ਕੀਤੀ ਗਈ ਆ, ਅਤੇ ਅੱਜ ਉਹ ਫਾਈਨਲ ਵੀ ਹੋ ਗਿਆ। 1 ਰੁਪਈਆ ਉਹਨਾਂ ਦਾ ਜਿਹੜਾ ਉਹ ਪਰ ਬੋਰੀ ਮਤਲਬ ਜਿਹੜੀ ਉਹ 35 ਕਿਲੋ ਦੇ ਚੁੱਕਦੇ ਆ, ਉਹਦੇ ਉੱਤੇ ਉਹਨਾਂ ਨੂੰ ਮਿਲੇਗੀ। ਸੋ ਮੋਟੇ ਤੌਰ ਦੇ ਉੱਤੇ ਬਸ ਮੈਂ ਇਹੀ ਬਰੀਫ ਕਰਨਾ ਚਾਹੁੰਦਾ ਕਿ ਸੀਜ਼ਨ ਦੇ ਲਈ ਮਾਣਯੋਗ ਮੁੱਖ ਮੰਤਰੀ ਜੀ ਨੇ ਬੜੀ ਸਪਸ਼ਟ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਡੀ 'ਚ ਦਿੱਕਤ ਨਾ ਆਵੇ। ਇਹਦੇ ਲਈ ਪਹਿਲਕਦਮੀਆਂ ਜਿਹੜੀਆਂ ਅਸੀਂ ਕੀਤੀਆਂ ਨੇ ਉਹਨੂੰ ਹੋਰ ਅਪਡੇਟ ਮਤਲਬ ਜਿਹੜਾ ਉਹ ਗਾਂਹ ਕੀਤਾ ਜਾਵੇ ਜਿੱਥੇ ਜਿੱਥੇ ਕੋਈ ਲੋੜ ਬਣਦੀ ਆ। ਸੋ ਸਾਰੇ ਅਧਿਕਾਰੀ ਸਵਾਨ ਜਿਹੜੇ ਆ ਉਹ ਡਿਪਿਊਟ ਕਰ ਦਿੱਤੇ ਗਏ ਆ, ਮੁਲਾਜ਼ਮ ਡਿਪਿਊਟ ਕਰ ਦਿੱਤੇ ਗਏ ਆ। ਸੋ ਇਹਨਾਂ ਦਿਨਾਂ ਦੇ ਦੌਰਾਨ ਅਸੀਂ ਵੀ ਸਾਰੇ ਮੰਡੀਆਂ ਦੇ ਨੇੜੇ ਤੇੜੇ ਰਹਿਣ ਦਾ ਯਤਨ ਕਰਾਂਗੇ। ਸਟੋਰੇਜ ਨੂੰ ਲੈ ਕੇ ਸੀਐਮ ਨੇ ਚਿੱਠੀ ਵੀ ਲਿਖੀ ਸੈਂਟਰ ਨੂੰ, ਸਟੋਰੇਜ ਨੂੰ ਲੈ ਕੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਜਾਏਗੀ, ਉਹ ਕੀ ਕੁੜਾ ਨਹੀਂ ਲਾਜ਼ਮੀ, ਕਿਉਂਕਿ ਸਟੋਰੇਜ ਦੀ ਇੱਕ ਸਮੱਸਿਆ ਹੈ ਔਰ ਉਸ ਸਮੱਸਿਆ ਨੂੰ ਲੈ ਕੇ ਮਾਣਯੋਗ ਮੁੱਖ ਮੰਤਰੀ ਜੀ ਨੇ ਯੂਨੀਅਨ ਮਿਨਿਸਟਰ ਨਾਲ ਫੋਨ 'ਤੇ ਵੀ ਗੱਲ ਕੀਤੀ ਹੈ ਔਰ ਜਿਹੜਾ ਉਹ ਲੈਟਰ ਵੀ ਉਹਨਾਂ ਨੂੰ ਜਾਰੀ ਕੀਤਾ, ਕਿਉਂਕਿ ਅਸੀਂ ਕੇਂਦਰੀ ਪੂਲ ਦੇ ਵਿੱਚ ਪੰਜਾਬ ਪ੍ਰੋਕਿਓਰਮੈਂਟ ਕਰਕੇ ਹਿੱਸਾ ਪਾਉਂਦਾ ਕੇਂਦਰੀ ਪੂਲ ਦੇ ਅੰਦਰ। ਸੋ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਾ ਆਵੇ। ਸੋ ਖਾਸ ਕਰਕੇ ਜਿਹੜਾ ਸਪੇਸ ਦਾ ਸਵਾਲ ਹੈ, ਜਿਸ ਤਰ੍ਹਾਂ ਅਕਤੂਬਰ ਮਹੀਨਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਪਲਾਨ ਕੀਤਾ ਉਹ 18 ਤੋਂ ਮੇਲਾ
ਹਰ ਰੋਜ਼ ਤੋਰਿਆ ਕਰਨਗੇ। ਸੋ 31 ਦਸੰਬਰ ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰਿਕ ਟਨ ਜਿਹੜੀ ਉਹ ਸਪੇਸ ਦੀ ਜਿਹੜੀ ਆ ਉਹ ਬਣਾਉਣੀ ਹੈ। ਉਹਦੇ ਲਈ ਸਾਰੇ ਪਲੈਨ ਬਣ ਚੁੱਕੇ ਆ। ਗਾਂ ਫਿਰ ਮਤਲਬ ਅਪ੍ਰੈਲ ਮਈ ਮਾਰਚ ਤੱਕ ਜਿਹੜਾ ਅਗਲਾ ਉਹ 90 ਲੱਖ ਮੀਟਰਿਕ ਟਨ ਦੀ ਸਪੇਸ ਦਾ ਜਿਹੜਾ ਪਲੈਨ ਬਣਿਆ ਹੋਇਆ। ਸੋ ਇੱਕ ਅੱਧਾ ਹੋਰ ਵੀ ਸਬਸਟੀਚਿਊਟ ਹੈ ਅਤੇ ਉਹਦੇ ਉੱਤੇ ਵੀ ਅੱਜ ਮਤਲਬ ਵਿਚਾਰ ਕੀਤੀ ਆ। ਸੋ ਸਪੇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਭਰਮ ਜਿਹੜਾ ਆ ਉਹ ਮੈਂ ਸਮਝਦਾ ਵੀ ਹੁਣ ਨਹੀਂ ਹੈਗਾ। ਸੋ ਵੈਸੇ ਵੀ ਜਿਹੜੀ ਮਿਲਿੰਗ ਹੈ ਉਹ ਸਾਡੇ ਮਿਲਰ ਜਿਹੜੇ ਆ ਉਹ ਦਸੰਬਰ ਦੇ ਅੰਦਰ ਕਰਦੇ ਆ ਅਤੇ ਉਦੋਂ ਤੱਕ ਤਾਂ ਕਾਫੀ ਸਪੇਸ ਬਣ ਜੂਗੀ। ਸੋ ਬਸ ਮੈਂ ਚਾਹੇ ਮਿਲਰਸ ਨੇ ਸਾਡੇ, ਚਾਹੇ ਸਾਡੇ ਆੜਤੀ ਨੇ, ਚਾਹੇ ਸਾਡੇ ਮਜ਼ਦੂਰ ਨੇ, ਉਹਨਾਂ ਨੂੰ ਰਿਕੁਐਸਟ ਆ ਵੀ ਉਹ ਆਪਣੇ ਆਪਣੇ ਕੰਮ 'ਤੇ ਹਾਂ ਨਹੀਂ ਮਤਲਬ ਦੇਖੋ ਹੁਣ 10 ਗੱਡੀਆਂ ਚੱਲ ਰਹੀਆਂ ਨੇ। ਜਿਹੜਾ ਅਕਤੂਬਰ ਦਾ ਪਲੈਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹ 18 ਤੋਂ 20 ਦੇ ਕਰੀਬ ਗੱਡੀਆਂ ਦਾ। ਸੋ ਇਹ ਇੱਕ ਪਲਾਨ ਹੈ। ਸੋ ਮੈਨੂੰ ਲੱਗਦਾ ਹੈ ਵੀ ਇਹ ਮਤਲਬ ਜਿਹੜਾ ਕਿਉਂਕਿ ਇਕੱਲਾ ਪੰਜਾਬ ਦਾ ਇਸ਼ੂ ਨਹੀਂ, ਇਹ ਭਾਰਤ ਦਾ ਇਸ਼ੂ ਹੈ। ਸੋ ਪੰਜਾਬ ਦਾ ਕਿਸਾਨ, ਪੰਜਾਬ ਦੇ ਲੋਕ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਦਾ ਸ਼ਿਕਾਰ ਨਾ ਹੋਣ, ਇਹਦੇ ਲਈ ਮਾਨਯੋਗ ਮੁੱਖ ਮੰਤਰੀ ਜੀ ਨੇ ਪੂਰਾ ਤਨਦੇਹੀ ਦੇ ਨਾਲ ਸੈਂਟਰ ਦੇ ਅੱਗੇ ਵਿਸ਼ਵਾਸ ਰੱਖਿਆ, ਸਾਡੀਆਂ ਡਿਊਟੀਆਂ ਲਾਈਆਂ ਨੇ। ਸੋ ਨਹੀਂ, ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ, ਬੜਾ ਸੁਖਮ ਮਾਹੌਲ 'ਚ ਗੱਲਬਾਤ ਹੋਈ ਹੈ। ਗੱਲ ਉਹਨਾਂ ਨੂੰ ਕਲੀਅਰ ਕੀਤੀ ਹੈ ਕਿ ਅਸੀਂ ਤੁਹਾਡੀ ਗੱਲ ਦੇ ਨਾਲ ਡਟ ਕੇ ਖੜ੍ਹੇ ਹਾਂ, ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੀ ਗੱਲ ਰੱਖਣ ਲਈ ਜਾਵਾਂਗੇ, ਤੁਸੀਂ ਆਪਣਾ ਕੰਮ ਜਾਰੀ ਕਰੋ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਥੱਲੇ ਗੱਲ ਕਰਕੇ ਸਾਨੂੰ ਇੱਕ ਦਿਨ ਦਾ ਟਾਈਮ ਦਿਓ। ਬਾਹਰ ਆ ਕੇ ਉਹ ਬੰਦ ਦੀ ਕੋਲ ਦੇ ਗਏ ਨੇ, ਸਟ੍ਰਾਈਕ ਦੀ ਕੋਲ ਦੇ ਗਏ ਨੇ, ਕਹਿੰਦੇ ਸਾਡੀ ਸਟ੍ਰਾਈਕ ਜਿਹੜੀ ਸ਼ੁਰੂ ਹੋਈ ਸੀ ਉਹ ਜਾਰੀ ਰਹੇਗੀ। ਨਹੀਂ ਮੈਂ ਤਾਂ ਕਿਹਾ ਨਹੀਂ ਵੀ ਸਟ੍ਰਾਈਕ ਦਾ ਉਹਨਾਂ ਨੇ ਖਤਮ ਕੀਤੀ ਹੈ, ਉਹਨਾਂ ਨੇ ਸਾਡੇ ਕੋਲ ਇੱਕ ਦਿਨ ਮੰਗਿਆ। ਸੋ ਬਾਹਰ ਆ ਕੇ ਉਹਨਾਂ ਨੇ ਕੀ ਕਹਿਣਾ ਇਹ ਉਹਨਾਂ ਦਾ ਦਾਇਤਵ ਹੈ। ਸੋ ਮੈਂ ਜੋ ਅੰਦਰ ਗੱਲਬਾਤ ਹੋਈ ਹੈ ਕਿ ਚੰਗੇ ਮਾਹੌਲ 'ਚ ਹੋਈ ਹੈ, ਚੰਗਾ ਡਿਸਕਸ਼ਨ ਹੋਈ ਹੈ, ਬੜੀ ਹੈਲਦੀ ਡਿਸਕਸ਼ਨ ਹੋਈ ਆ, ਔਰ ਉਹਨਾਂ ਨੇ ਟਾਈਮ ਵੀ ਲਿਆ। ਸੋ ਸਾਡਾ ਆਪਣੇ ਲੋਕ ਨੇ, ਆਪਣੇ ਭੈਣ ਭਰਾ ਨੇ, ਸੋ ਜਿਹੜਾ ਵੀ ਸਵਾਲ ਆ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਉਹਨਾਂ ਨੂੰ ਅਸੀਂ ਭਰੋਸਾ ਦਵਾਇਆ। ਦੇਖੋ ਹਰੇਕ ਨੇ ਆਪਣੀ ਆਪਣੀ ਇੱਛਾ ਮੁਤਾਬਕ ਕੌਣ ਕਿਹਨੂੰ ਖੁਸ਼ ਕਰਨ ਲਈ ਕੀ ਕਹਿੰਦਾ, ਇਹ ਤਾਂ ਉਹਨਾਂ ਦਾ ਆਪਣਾ ਦਾਇਤਵ ਹੈਗਾ। ਪਰ ਮੈਂ ਜੋ ਤਲਖ ਕੀਤਾ ਨੇ ਅਤੇ ਜਿਹਨੂੰ ਪੰਜਾਬੀ ਵੀ ਜਾਣਦੇ ਆ ਵੀ ਅਸੀਂ ਕੇਂਦਰੀ ਪੂਲ ਦੇ ਵਿੱਚ ਪ੍ਰੋਕਿਓਰਮੈਂਟ ਕਰਕੇ ਹਿੱਸਾ ਪਾਉਂਦੇ ਹਾਂ, ਸੋ ਇਹ ਕੇਂਦਰ ਨਾਲ ਜੁੜੇ ਹੋਏ ਸਵਾਲ ਨੇ। ਸੋ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਸੰਬੰਧਿਤ ਫੈਕਲਟੀਆਂ ਨੇ ਉਹਨਾਂ ਦੇ ਨਾਲ ਖੜ੍ਹੇ। ਅੱਜ ਮਾਈਨਰ ਹੋਈ ਆ ਕਿਉਂਕਿ ਅੱਜ ਪਹਿਲਾ ਦਿਨ ਹੈ। ਸੋ ਨਵੀਂ ਵੀ ਹੈ ਕਈ ਤਰ੍ਹਾਂ ਦੇ, ਮਤਲਬ ਅਜੇ ਕੁਝ ਜ਼ਿਲ੍ਹੇ ਅੱਜ ਸ਼ੁਰੂ ਵੀ ਨਹੀਂ ਹੋਇਆ। ਸੋ 2-3 ਦਿਨ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਸੀਜ਼ਨ ਜਿਹੜਾ ਉਹ ਲੀਹ 'ਤੇ ਆ ਜੂ। ਥੈਂਕ ਯੂ।